ਪ੍ਰੋਟੈਸਟ ਹੈ ਹਰਿੰਦਰ ਸਿੱਕਾ ਵੱਲੋਂ ਜਿਹੜੀ ਪਿਕਚਰ ਨਾਨਕ ਸ਼ਾਹ ਫਕੀਰ ਬਣਾਈ ਗਈ ਆ ਉਸ ਨੂੰ ਰੋਕ ਲਾਉਣ ਵਾਸਤੇ। ਅੱਜ ਸੁਪਰੀਮ ਕੋਰਟ ਨੇ ਇਸ ਪਿਕਚਰ ਨੂੰ ਰਿਲੀਜ਼ ਕਰਨ ਦਾ ਜਿਹੜਾ ਹੁਕਮ ਦਿੱਤਾ ਹੈ ਮੈਂ ਸਮਝਦਾ ਮੰਦਭਾਗਾ। ਅਸੀਂ ਜਿੱਥੇ ਇਸ ਫੈਸਲੇ ਨੂੰ ਰਿਵਿਊ ਕਰਨ ਵਾਸਤੇ ਸੁਪਰੀਮ ਕੋਰਟ ਤੀਕਰ ਕਿਉਂਕਿ ਐਸ ਜੀ ਪੀ ਸੀ ਵੱਲੋਂ ਵੀ ਵਕੀਲ ਕਰਕੇ ਇਹਦਾ ਪ੍ਰੋਟੈਸਟ ਕੀਤਾ ਜਾ ਰਿਹਾ ਉੱਥੇ ਜਾ ਕੇ ਅਸੀਂ ਸਾਰੇ ਹੀ ਸ਼੍ਰੋਮਣੀ ਅਕਾਲੀ ਦਲ ਵੱਲੋਂ ਅੰਮ੍ਰਿਤਸਰ ਵੱਲੋਂ ਮੈਂ ਇਹ ਖਾਸ ਤੌਰ ਤੇ ਹਦਾਇਤ ਕਰਦਾ ਵੀ ਅਸੀਂ ਇਹ ਫਿਲਮ ਕਿਸੇ ਕੀਮਤ ਤੇ ਰਿਲੀਜ਼ ਨਹੀਂ ਹੋਣ ਦੇਣੀ। ਜਿਹੜਾ ਵੀ ਕੋਈ ਥੀਏਟਰ ਜਾਂ ਮਾਲ ਇਸ ਪਿਕਚਰ ਨੂੰ ਲਊਗਾ ਉਹ ਆਪਣਾ ਕੀਤੀ ਦਾ ਆਪ ਜ਼ਿੰਮੇਵਾਰ ਹੋਊਗਾ।